ਬਜਰੰਗ ਦਲ ਦੇ ਵਰਕਰਾਂ ਨੇ ਐਸਐਸਪੀ ਦਫ਼ਤਰ ਪਹੁੰਚ ਕੇ ਸਨਾਤਨ ਧਰਮ ਦੇ ਖਿਲਾਫ਼ ਟਿੱਪਣੀ ਕਰਨ ਵਾਲੇ ਦੇ ਖਿਲਾਫ਼ ਕੀਤੀ ਕਾਰਵਾਈ ਦੀ ਮੰਗ। ਫਾਜ਼ਿਲਕਾ ਦੇ ਵਿੱਚ ਅੱਜ ਬਜਰੰਗ ਦਲ ਦੇ ਵਰਕਰ ਐਸਐਸਪੀ ਦਫ਼ਤਰ ਪਹੁੰਚੇ ਜਿੱਥੇ ਉਹਨਾਂ ਵੱਲੋਂ ਇੱਕ ਸ਼ਿਕਾਇਤ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਨੱਥੂ ਰਾਮ ਨਾਮ ਦੇ ਇੱਕ ਵਿਅਕਤੀ ਵੱਲੋਂ ਸਨਾਤਨ ਧਰਮ ਦੇ ਖਿਲਾਫ਼ ਟਿੱਪਣੀ ਕੀਤੀ ਗਈ ਸੀ, ਜਿਸ ਦੇ ਖਿਲਾਫ਼ ਪਰਚਾ ਦਰਜ ਹੈ ਅਤੇ ਹੁਣ ਵੀ ਉਸਦੇ ਵੱਲੋਂ ਟਿੱਪਣੀਆਂ ਕੀਤੀਆਂ ਜਾ ਰਹੀਆਂ, ਜਿਸ ਦੇ ਵਿਰੋਧ ਦੇ ਵਿੱਚ ਉਹਨਾਂ ਵੱਲੋਂ ਉਸ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ। ਉੱਧਰ ਇਸ ਬਾਰੇ ਦੇ ਵਿੱਚ ਨੱਥੂ ਰਾਮ ਦੇ ਨਾਲ ਸੰਪਰਕ ਕਰਨ 'ਤੇ ਉਹਨਾਂ ਨੇ ਕਿਹਾ ਕਿ ਉਹ ਜਲਦੀ ਮੀਡੀਆ ਦੇ ਸਾਹਮਣੇ ਆ ਕੇ ਪੂਰੀ ਗੱਲਬਾਤ ਦੱਸਣਗੇ। ਜੈ ਸ਼੍ਰੀ ਰਾਮ। ਅੱਜ ਜੀ ਇੱਥੇ ਅਸੀਂ ਇਕੱਠੇ ਹੋਏ ਹਾਂ, ਅੱਜ ਸਾਡੀ ਬਜਰੰਗ ਦਲ ਦੀ ਪੂਰੀ ਟੀਮ ਐਸਐਸਪੀ ਮੈਡਮ ਨੂੰ ਮਿਲਣ ਆਈ ਹੈ। ਜਿਹੜਾ ਨੱਥੂ ਜਿਹੜਾ ਪਿੰਡ ਬਣਨ ਵਾਲੇ ਦਾ ਰਹਿਣ ਵਾਲਾ ਹੈ, ਜਿਹਨੇ ਕੁਛ ਦਿਨ ਪਹਿਲਾਂ ਭਗਵਾਨ ਸ਼੍ਰੀ ਰਾਮ ਦੇ ਉੱਪਰ ਇੱਕ ਆਪੱਤੀਜਨਕ ਪੋਸਟ ਕੀਤੀ ਸੀ, ਜਿਹਦੀ ਅਸੀਂ FIR ਵੀ ਕਰਵਾ ਚੁੱਕੇ ਹਾਂ, ਪਰ ਹਜੇ ਤੱਕ ਉਹ ਬੰਦਾ ਅਰੈਸਟ ਨਹੀਂ ਹੋਇਆ ਅਤੇ ਉਹ ਫਿਰ ਕੋਈ ਨਾ ਕੋਈ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਪੋਸਟ ਪਾਉਂਦਾ ਹੈ। ਅਤੇ ਪਤਾ ਨਹੀਂ ਮੈਨੂੰ ਸਮਝ ਨਹੀਂ ਆ ਰਹੀ ਵੀ ਫਾਜ਼ਿਲਕਾ ਪੁਲਿਸ ਉਹਨੂੰ ਅਰੈਸਟ ਨਾ ਕਰਨ ਦੇ ਵਿੱਚ ਕਿਵੇਂ, ਮਤਲਬ ਕਿਉਂ ਨਹੀਂ ਇਹਨੂੰ ਅਰੈਸਟ ਕਰ ਰਹੀ। ਅਸੀਂ ਜੀ ਹੁਣੇ SSP ਸਾਹਿਬ ਨੂੰ ਮਿਲ ਕੇ ਉਹਨਾਂ ਕੋਲੋਂ ਉਹਨਾਂ ਨੂੰ ਦੁਬਾਰਾ ਇੱਕ ਐਪਲੀਕੇਸ਼ਨ ਦੇਵਾਂਗੇ ਵੀ ਆਹ ਉਹਦੇ ਉੱਪਰ FIR ਹੋਈ ਹੈ, ਅਤੇ ਦੁਬਾਰਾ ਵੀ ਉਹ ਬੰਦਾ ਅਲੱਗ ਅਲੱਗ ਤਰ੍ਹਾਂ ਦੀ ਗਲਤ ਪੋਸਟਾਂ ਕਰਦਾ ਹੈ, ਉਹਦੇ ਉੱਪਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਨਹੀਂ, ਅਗਰ ਫਾਜ਼ਿਲਕਾ ਪੁਲਿਸ ਕਾਰਵਾਈ ਨਹੀਂ ਕਰ ਸਕਦੀ ਤਾਂ ਅਸੀਂ ਆਪਣੇ ਤਰੀਕੇ ਨਾਲ ਉਹਦੇ ਉੱਪਰ ਕਾਰਵਾਈ ਕਰਾਂਗੇ, ਜਿਹਦੇ ਸੇ ਪੂਰੇ ਹਿੰਦੂ ਸਮਾਜ ਜਿਹੜਾ ਹੈ, ਸਨਾਤਨੀ ਸਮਾਜ, ਉਹ ਇਕੱਠਾ ਹੋਏਗਾ ਅਤੇ ਜੋ ਵੀ ਹੈ ਪ੍ਰਦਰਸ਼ਨ ਕਰੇਗਾ ਆਪਦਾ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਟੋਨੀ ਕੁਮਾਰ ਹੈ ਜੀ। ਕਿਵੇਂ ਪਹੁੰਚੇ? ਅਸੀਂ SSP ਸਾਹਿਬ ਮੈਡਮ ਨੂੰ ਮਿਲਣ ਇੱਥੇ ਆਏ ਹੋਏ ਹਾਂ ਵੀ ਨੱਥੂ ਰਾਮ ਜੋ ਪਿੰਡ ਬਣਨ ਵਾਲਾ ਨਵੰਤਾ ਦਾ ਰਹਿਣ ਵਾਲਾ ਹੈ, ਉਹ ਹਿੰਦੂ ਸਮਾਜ ਅਤੇ ਸਨਾਤਨੀ ਸਮਾਜ ਦੇ ਖਿਲਾਫ਼ ਜਿਹੜੀ ਹੈ ਭੜਕਾਊ, ਉਹਦੇ ਮਤਲਬ ਅਪਮਾਨਜਨਕ ਵੀਡੀਓ ਪਾਈ ਸੀ ਉਹਨਾਂ ਨੇ, ਜਿਸ ਕਾਰਨ ਉਹਦੇ 'ਤੇ FIR 181 ਨੰਬਰ FIR 2023 'ਚ ਕੱਟੀ ਜਾ ਚੁੱਕੀ ਹੈ, ਅਤੇ ਇੱਕ ਜਿਹੜਾ ਮੁਕੱਦਮਾ ਉਹਦੇ 'ਚ ਇੱਕ ਹੋਰ ਚੱਲਦਾ ਹੈ। ਉਹਨੇ ਨਜਾਇਜ਼ ਫਸਲ ਕੱਟਣ ਦੀ ਵੀ ਕੋਸ਼ਿਸ਼ ਕੀਤੀ ਸੀ ਬਾਬਾ ਰਾਮਦੇਵ ਮੰਦਿਰ ਦੀ ਜ਼ਮੀਨ ਦੇ ਵਿੱਚੋਂ, ਅਤੇ ਫਿਰ ਵੀ ਇਹਨੇ ਮਤਲਬ ਉਹ ਇਸ ਤੋਂ ਵੀ ਨਹੀਂ ਟਲਿਆ ਅਤੇ ਮੁੜ ਕੇ ਵਾਰੀ ਵਾਰੀ ਫਿਰ ਉਹੀ ਹਰਕਤਾਂ 'ਤੇ ਫਿਰ ਉਤਰ ਆਇਆ ਅਤੇ ਹਿੰਦੂ ਸਮਾਜ ਨੂੰ ਟੋਰਚਰ ਕਰਨ ਲਈ ਹਿੰਦੂ ਸਮਾਜ ਦੇ ਦੇਵੀ ਦੇਵਤਿਆਂ ਦੀਆਂ ਮਤਲਬ ਗਲਤ ਵੀਡੀਓ ਬਣਾ ਕੇ ਉਹਨਾਂ ਨੂੰ ਸ਼ੇਅਰ ਕਰਦਾ ਅਤੇ ਆਪਦੀ ਫੇਸਬੁੱਕ ID 'ਤੇ ਪਾਉਂਦਾ। ਅਸੀਂ ਜਿਹੜੇ ਪੁਲਿਸ ਪ੍ਰਸ਼ਾਸਨ ਨੂੰ ਕਈ ਵਾਰ ਇਸ ਸੰਬੰਧੀ ਮਿਲ ਚੁੱਕੇ ਹਾਂ, ਥਾਣੇ ਸਦਰ 'ਚ SHO ਸਾਹਿਬ ਨੂੰ ਵੀ ਕਈ ਵਾਰ ਮਿਲ ਚੁੱਕੇ ਹਾਂ, ਪਰ ਉਹਨਾਂ ਦੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਵੀ ਇਹ ਰੱਬ ਜਾਣਦਾ ਵੀ ਉਹਨਾਂ ਨਾਲ ਉਹਨਾਂ ਦੀ ਕੀ ਮਿਲੀ ਭੁਗਤ ਹੈ। ਕੀ ਮੰਗ ਕਰਦੇ ਹੋ? ਅਸੀਂ ਮੰਗ ਕਰਦੇ ਹਾਂ ਵੀ SSP ਸਾਹਿਬ ਨੂੰ ਮਿਲ ਕੇ ਅਤੇ ਮੰਗ ਕਰਦੇ ਹਾਂ ਵੀ ਉਹਨੂੰ ਜ਼ਿਆਦਾ ਅਰੈਸਟ ਕੀਤਾ ਜਾਵੇ ਫੌਰੀ ਤੌਰ 'ਤੇ, ਅਤੇ ਉਹਦੇ 'ਤੇ ਹੋਰ ਜਿਹੜੀਆਂ ਮੁਕੱਦਮਾ ਜਿਹੜਾ ਹੋਰ ਤਰ੍ਹਾਂ ਐਡ ਕੀਤੀਆਂ